ਸੋ ਹੇ ਗਾਇਜ਼, ਕੀ ਹਾਲ ਚਾਲ? ਸਭ ਤੋਂ ਸਾਰੇ ਵਧੀਆ ਹੋਵੋਗੇ। ਐਮਬਰਾਇਡਰੀ ਜੀ ਸਿੱਧੂ, ਬਿਗ ਬਰਡ ਵੇਰੀ ਅਮਰੀਕਾਲਾ, ਢੋਲ ਨਾਨਾ ਢੋਲੀ ਐਂਡ ਗੁਰਪ੍ਰੀਤ ਪੰਨੂ ਬਾਈ, ਤੂੰਬੀ ਤੂੰਬਾ ਅਲਗੋਜ਼ੇ ਸਰੰਗੀ ਜੋਬਨ ਸੁਨਾਮੀ ਜੀ, ਗਿਟਾਰ ਅਮਨ ਧਾਲੀਵਾਲ, ਡਿਸਟ੍ਰੀਬਿਊਸ਼ਨ ਬਲੀ, ਵੀਡੀਓ ਐਡਿਟ ਰਿਵਾਈਵ ਫਿਲਮਸ ਅੰਮ੍ਰਿਤ ਥੰਡ ਬਾਈ ਹੋਰਾਂ ਦੀ ਹੈ, ਕਾਫੀ ਵੱਡੀ ਟੀਮ ਹੈ, ਜਗ੍ਹਾ ਫਿਲਮ ਲੀਡ ਪਾਇਲ ਛੇਖਿਤ ਬੇਬੀ। ਢੋਲ ਵਾਈ ਪਾਉਣ ਲੱਗੇ ਯਾਰ। ਇੱਕ ਗੱਲ ਤਾਂ ਮੰਨਣ ਵਾਲੀ ਹੈ ਕਿ ਜਿਹੜੀ ਬੇਸ ਲਾਈਨ ਬਰਡ ਰੱਖਦਾ ਰਿਹਾ ਨਾ ਸ਼ੁਰੂ ਤੋਂ, ਉਹ ਬੇਸ ਲਾਈਨ ਦਾ ਇੰਨਾ ਤਗੜਾ ਮੈਨੂੰ ਕਿਤੇ ਮੈਚ ਨਹੀਂ ਮਿਲਦਾ ਹੈਗਾ। ਜਿਹੜੀ ਬੇਸ ਲਾਈਨ ਦੀ ਪਰਟੀਕੁਲਰ ਸਾਊਂਡ ਸਿਲੈਕਸ਼ਨ ਬਰਡ ਕਰਦਾ ਨਾ, ਉਹ ਬੜੀ ਤਗੜੀ ਹੈ। ਐਮਬਰਾਇਡਰੀ ਚ ਨਾ ਵੀ ਤੂੰ ਲੁਕਾ ਕੇ ਰੱਖੇ, ਬੁੱਲਾ ਤੇ ਚੜਿਆ ਜੋ ਨਾ ਵੀ ਨਾ ਲੁਕਾਇਆ ਲੁਕੇ ਯਾਰ। ਬਈ ਸੱਚੀ ਗੱਲ ਸੁਣਾ, ਇੰਡੀਆ ਦੇ ਜਿਹੜੇ ਪੰਜਾਬ ਦੇ ਸਿੰਗਰ ਨਾ, ਉਹਨਾਂ ਨੂੰ ਇਸ ਚੀਜ਼ ਤੋਂ ਹੋਣਾ ਚਾਹੀਦਾ ਕਿ ਯਾਰ ਜਿਹੜੇ ਬਾਈ ਬਾਹਰ ਬੈਠੇ ਆ, ਅਮਰੀਕਾ ਕਨੇਡਾ, ਉਹ ਇੱਦਾਂ ਦੇ ਇੰਨੇ ਸੋਹਣੇ ਢੋਲ ਵਾਲੇ ਗਾਣੇ ਕੱਢਣ ਡੇ ਆ। ਅਸੀਂ ਕੰਪਲੀਟ ਹਿਪ ਹੋਪ ਹੋਏ ਪਏ ਹਾਂ, ਕੰਪਲੀਟ ਇਨ ਦਾ ਬੋਕਸ ਹੋਏ ਪਏ ਹਾਂ। ਆ ਢੋਲ ਸਾਊਂਡ ਵੀ ਲਾਈਵ ਆ ਗਾਈਸ, ਇੰਨਾ ਵਧੀਆ ਸਾਊਂਡ ਕਰ ਰਿਹਾ ਸਾਰਾ ਕੁਛ ਯਾਰ। ਤੇਰੇ ਮਾਤਾ ਪਿਤਾ ਨੂੰ ਬੜੀ ਕਹਿੰਦਾ ਟੈਨਸ਼ਨ ਪਈ, ਮੈਚ ਤੇਰੇ ਕੋਈ ਮੈਚ ਤੇਰੇ ਕੋਈ ਵੀ ਨਹੀਂ ਆਉਂਦਾ। ਆਏ ਹਾਏ, ਅੱਛਾ ਪਸੰਦ ਕੋਈ ਨਹੀਂ ਆਉਂਦਾ, ਮੈਚ ਲੈ ਕੇ ਆਉਂਦੇ ਬੜੀ। ਲਾਈਟਿੰਗ ਸੈਟਅਪ ਬੜਾ ਸੋਹਣਾ ਕਰ ਰੱਖਿਆ ਨਾ ਯਾਰ, ਦੇਖੋ ਰੈੱਡ ਹੈਗਾ ਪਰ ਸਟਿਲ ਉਹਨਾਂ ਦੇ ਫੇਸਿਸ 'ਤੇ ਇੱਕ ਬੜੀ ਸੋਹਣੀ ਵਾਈਟ ਲਾਈਟ ਪਾ ਰੱਖੀ ਹੈ। ਆਏ ਹਾਏ 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 ਆਏ ਹਾਏ ਹਾਏ ਫਿਊਜ਼ਨ ਜ਼ਿਆਦਾ ਸ਼ੁਰੂ ਤੋਂ ਹੀ ਦੇਖੋ, ਮੈਂ ਇਹ ਗੱਲ ਦੇਖੀ ਹੈ ਜੀ ਸਿੱਧੂ ਬਾਈ ਦੀ, ਇਹ ਸ਼ੁਰੂ ਤੋਂ ਇੱਕ ਫਿਊਜ਼ਨ ਜ਼ਿਆਦਾ ਬਣਾ ਕੇ ਰੱਖਦਾ ਆਪਣੇ ਗਾਣੇ ਵਿੱਚ, ਅਤੇ ਵੀਡੀਓ 'ਚ ਦੇਖੋ ਤੁਸੀਂ ਕਿੰਨਾ ਸੋਹਣਾ ਫਿਊਜ਼ਨ ਰੱਖਿਆ ਹੁੰਦਾ ਨਾ, ਕਿ ਠੀਕ ਹੈ ਢੋਲੀ ਢੋਲ ਵਧੀਆ, ਭੰਗੜੇ ਵਾਲੀ ਫੀਲ ਵੀ ਆ ਰਹੀ ਹੈ, ਠੀਕ ਹੈ ਥੋੜ੍ਹਾ ਇੱਕ ਇੱਕ ਜਿਵੇਂ ਕਹਿੰਦੇ ਮਾਡਰਨ ਟੱਚ, ਥੋੜ੍ਹਾ ਉੱਦਾਂ ਦੇ ਕੱਪੜੇ ਵਰਸਿਟੀਜ਼ ਪਾ ਕੇ ਖਲੋਤੇ ਨੇ, ਜੈਕਟਾਂ ਪਾ ਕੇ ਕਿਹਾ ਸੀ ਨਾ ਮਰੀਕੇ ਵਾਲਾ ਸਿੱਧੂ ਜਾਣੇਗੀ ਤੂੰ ਹੈਗਾ ਨੀ, ਕੋਈ ਆਮ ਬਾਜੀ ਮਾਰ ਜੂਗੀ ਹੋਰ ਹੀ ਅਪ।
ਬਹੁਤ ਸੋਹਣਾ ਕੰਮ ਕੀਤਾ ਯਾਰ, ਮੋਸ਼ਨ ਬਲਰਸ, ਠੀਕ ਆ, ਇੱਕ ਕਲਰ ਇਫੈਕਟਸ ਵੀ ਨਹੀਂ ਚੱਲ ਰਹੇ, ਉਹ ਤਾਂ ਚੱਲ ਸ਼ੂਟਿੰਗ ਦੇ ਵਿੱਚ ਲਾਈਟਿੰਗ ਚੇਂਜ ਹੋ ਰਹੀ ਹੈ ਕਾਫੀ, ਅਤੇ ਬੜੀ ਵਧੀਆ ਯਾਰ, ਬਹੁਤ ਸੋਹਣੀ ਵੀਡੀਓ ਬਣਾਈ ਹੈ, ਬੜੀ ਸਿੰਪਲ ਅਤੇ ਬੜੀ ਸਾਦੀ ਉਹਦਾ ਵੀਡੀਓ ਬਣਾਈ ਹੈ, ਬਣਾਉਣ ਨੂੰ ਪੂਰਾ ਇੱਕ ਸਟੋਰੀ ਟਾਈਪ ਵੀ ਬਣਾ ਸਕਦੇ ਸੀਗੇ, ਠੀਕ ਆ, ਪਰ ਉਹਦੀ ਲੋੜ ਨਹੀਂ, ਇੱਦਾਂ ਦੇ ਜਿਹੜੇ ਗਾਣੇ ਹੁੰਦੇ ਨੇ, ਇਹਨਾਂ ਗਾਣਿਆਂ ਨੂੰ ਐਕਚੁਅਲੀ ਮੋਸਟਲੀ ਲੋਕ ਉਹਦੇ ਵਿੱਚ ਯਾਨੀ ਕਿ ਆਡੀਓ ਪ੍ਰਤੀ ਜ਼ਿਆਦਾ ਸੁਣਦੇ, ਕਿਉਂਕਿ ਵਿਆਹਾਂ ਸ਼ਾਦੀਆਂ 'ਚ ਇਹੋ ਜਿਹੇ ਪਾਸੇ ਇਹ ਗਾਣੇ ਜ਼ਿਆਦਾ ਚੱਲਦੇ ਨੇ, ਹੈ ਨਾ, ਪਾਰਟੀਜ਼ ਵਗੈਰਾ 'ਤੇ। ਸੋ ਬਾਈ ਬਹੁਤ ਸੋਹਣਾ ਕੰਮ ਕੀਤਾ, ਅਤੇ ਜੀ ਸਿੱਧੂ ਬਾਈ ਤੋਂ ਹਮੇਸ਼ਾ ਹੀ ਇੱਕ ਬਾਈ ਨੇ ਪਹਿਲਾਂ ਵੀ ਜਿਹੜੇ ਉਹ ਆਪਣਾ ਮੈਂਟਲ ਉੱਤੇ ਥੋਟਸ ਉੱਤੇ ਜਿਹੜੀਆਂ ਉਹ ਸੀਗੀਆਂ ਚੀਜ਼ਾਂ, ਡਿਪਰੈਸ਼ਨ ਵਗੈਰਾ ਉੱਤੇ ਜਿਹੜੀ ਚੀਜ਼ਾਂ ਕਰੀਆਂ ਸੀ, ਉਹ ਵੀ ਮੈਨੂੰ ਬਹੁਤ ਪਰਸਨਲੀ ਪਸੰਦ ਆਈਆਂ ਸੀ। ਸੋ ਇੱਕ ਹੁੰਦਾ ਨਾ ਕਿ ਬੰਦਾ ਘੈਂਟ ਹੁੰਦਾ ਦਿਲੋਂ, ਉਹ ਵਾਲੀ ਬਾਈ ਬੰਦੇ ਦੇ ਦਿਲੋਂ ਪੂਰੀ ਆਉਂਦੀ ਹੈ ਬਾਈ ਨੂੰ ਦੇਖ ਕੇ, ਅਤੇ ਬਹੁਤ ਵਧੀਆ ਟੀਮ ਨੇ ਕੰਮ ਕੀਤਾ ਸਾਰੀ ਨੇ, ਜਿੰਨਾ ਇੱਕ ਮੈਕਸ ਚੀਜ਼ ਬਣਾ ਸਕਦੇ ਸੀ ਬਣਾ ਦਿੱਤੇ, ਅਤੇ ਬਰਡ ਤੋਂ ਇੰਨਾ ਵਧੀਆ ਢੋਲ ਵਾਲਾ ਗਾਣਾ ਸੁਣ ਕੇ ਸਵਾਦ ਆ ਗਿਆ ਸੱਚੀ। ਸਤਿ ਸ਼੍ਰੀ ਅਕਾਲ।